ਫਾਈਨਲ ਮੈਚ ਫਸਟ ਪ੍ਰਾਈਜ਼ 12 ਵਾਲਾ ਨੂੰ ਦਵਾਂਗੇ ਉਹਨਾਂ ਦੇ ਨਾਲ ਸਾਡੇ ਅੱਜ ਦੇ ਮਹਿਮਾਨ ਸ਼ੇਖ ਮੁਹੰਮਦ ਅਬਦੁੱਲਾ ਸਾਹਿਬ ਅਲਹਾਜ ਸ਼ੇਖ ਮੁਹੰਮਦ ਮਕਸੂਦ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੇ ਚਾਚਾ ਜੀ ਅਲਹਾਜ ਸ਼ੇਖ ਗੁਲਾਮ ਅਹਿਮਦ ਉਰ ਪੱਪੂ ਸਾਹਿਬ ਐਮ ਐਸ ਐਨਡੀ ਟੂਰ ਵਾਲੇ ਉਹਨਾਂ ਦੇ ਨਾਲ ਸਾਡੇ ਛੋਟੇ ਭਾਈ ਸ਼ੇਖ ਸਲਾਮ ਸਾਹਿਬ ਦੇ ਵਾਲ ਦੇ ਪੁੱਤਰ ਅਲਹਾਜ ਸ਼ੇਖ ਮੁਹੰਮਦ ਸੁਲਤਾਨ ਸਾਹਿਬ ਉਹਨਾਂ ਦੇ ਨਾਲ ਅਲਹਾਜ ਸ਼ੇਖ ਅਫਰਵਾਲ ਖੱਤੀ ਸਾਹਿਬ ਚਾਰ ਦਸੰਬਰ 2022 ਨੂੰ ਉਹਦਾ ਫਾਈਨਲ ਮੈਚ ਔਰ ਸਾਡੇ ਫਾਈਨਲ ਮੈਚ ਦੇ ਮਹਿਮਾਨ ਖਸੂਸੀ ਹਾਜੀ ਸ਼ੇਖ ਸੁਲਤਾਨ ਸਾਹਿਬ ਸ਼ੇਖ ਨਜ਼ੀਰ ਸਾਹਿਬ ਸ਼ੇਖ ਇਸਮਾਇਲ ਸ਼ਾਹ ਸ਼ੇਖ ਹਾਜੀ ਅਬਦੁਲ ਰਹਿਮਾਨ ਸਾਹਿਬ ਸਿੰਧੀ ਸਾਡੇ ਬੜੇ ਭਾਈ ਸ਼ੇਖ ਮਕਸੂਦ ਸ਼ੇਖ ਅਬਦੁੱਲਾ ਸਭ ਤੋਂ ਪਹਿਲੇ ਇਹਨਾਂ ਸਾਰੇ ਮਹਿਮਾਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਉਸ ਤੋਂ ਬਾਅਦ ਸਾਡੀਆਂ ਮਹਿਮਾਨ ਟੀਮ 12 ਫਾਈਨਲ ਦਾ ਮੈਚ ਫਾਈਨਲ ਦੀ ਅਸੀਂ ਵਿਨਰ ਕਰਾਰ ਦਿੱਤੀ ਕਿਉਂਕਿ ਟੀਮਾਂ ਦਾ ਮੈਚ ਬਰਾਬਰ ਰਿਹਾ ਜਿਹਦੀ ਵਜ੍ਹਾ ਨਾਲ ਅਸੀਂ ਇਹਨਾਂ ਨੂੰ ਫਾਈਨਲ ਮੈਚ ਦੀ ਟੀਮ ਨੂੰ ਜਿਹੜਾ ਨਾ 52 ਨੇ 12-1 ਨੂੰ ਜਿਹੜਾ ਨਾ ਵਿਨਰ ਕਰਾਰ ਦਿੱਤਾ ਇਹ ਬੜੀ ਅੱਛੀ ਗੱਲ ਆ ਇਸ ਦੇ ਉੱਪਰ ਤਾਲੀਆਂ ਸਭ ਤੋਂ ਪਹਿਲੇ ਇਨਾਮਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲੇ ਸਭ ਤੋਂ ਪਹਿਲੇ ਇੱਕ ਖਸੂਸੀ ਇਨਾਮ ਜਿਹੜਾ ਨਾ ਉਹ ਚੇਅਰਮੈਨ ਫੁੱਟਬਾਲ ਰਾਓ ਮੁਹੰਮਦ ਸਾਦਕ ਸਾਹਿਬ ਔਰ ਸਦਰ ਮਲਕ ਅਮਾਨੁੱਲਾ ਸਾਹਿਬ ਉਹਨਾਂ ਦੇ ਨਾਲ ਜਨਰਲ ਸੈਕਟਰੀ ਰਾਓ ਤਾਹਿਰ ਸਾਹਿਬ ਕੋਚ ਇਤਫਾਕ ਫੁੱਟਬਾਲ ਕਲੱਬ ਰਾਓ ਤਸਵਰ ਹੁਸੈਨ ਉਹਨਾਂ ਦੇ ਨਾਲ ਰਾਓ ਜ਼ਿਆ ਔਰ ਰਾਓ ਜਹਾਂਗੀਰ ਜਿਹਨਾਂ ਦੀ ਅਣਥਕ ਮਿਹਨਤਾਂ ਕੋਸ਼ਾਂ ਕਾਸ਼ਾਂ ਨੇ ਟੂਰਨਾਮੈਂਟ ਕਾਮਯਾਬੀ ਦਿੱਤਾ ਉਹ ਆਉਣਗੇ ਇਹ ਸਭ ਤੋਂ ਪਹਿਲੇ ਇਹ ਖਸੂਸੀ ਇਨਾਮ ਜਿਹਨਾਂ ਬੰਦੇ ਦੇ ਮੈਂ ਨਾਮ ਲਏ ਨਾ ਰਾਓ ਸਾਦਕ ਸਾਹਿਬ ਰਾਓ ਤਾਹਰ ਸਾਹਿਬ ਮਲਕ ਅਮਾਨੁੱਲਾ ਸਾਹਿਬ ਰਾਓ ਤਸਵਰ ਸਾਹਿਬ ਉਹ ਪਹਿਲੇ ਤਸ਼ਰੀਫ ਲਿਆਉਣ ਜਹਾਂਗੀਰ ਤੇ ਰਾਓ ਜ਼ਿਆ ਸਾਹਿਬ ਇਹ ਖਸੂਸੀ ਇਨਾਮ ਇਸ ਟੂਰਨਾਮੈਂਟ ਨੂੰ ਕਾਮਯਾਬ ਕਰਵਾਉਣ ਦੇ ਉੱਪਰ ਖੁਸ਼ੀ ਦੇ ਨਾਲ ਰਾਓ ਤਾਰਕ ਮਹਿਮੂਦ
ਤੇ ਕਪਤਾਨ ਰੋ ਮੁਹੰਮਦ ਆਰਫ ਸਾਹਿਬ ਨੂੰ ਜੀ। ਪੰਜਾਹ ਹਜ਼ਾਰ ਰੁਪਏ